नाम तो बगैर मन में शांति नहीं आती। इंद्र राजे वर्गे भी भटकते फिरते ने, गौतम तपा अहल्या स्त्री तिस देख इंद्र लवाना, सहज शरीर चेन भागुए तावन पछो ताना। देवत्या नूं इह चीज़ मिलती नहीं है, नाम नहीं है देवत्या कोल सुख हैगी। सुर नर मुन जन अमृत खोजदे, सो अमृत कुरते पाया। वह गुरु तो अमृत नहीं मंगते अपने शुक्राचारिया तो, वो अपने बिघना का नाश मंगते ने। नाम है ही नहीं उत्थे भोगा की दुनिया, देवता बन के की लैने जिते भोग भोग के फिर मुड़ के आके इतने गिर जाएंगे। पद वो लवो जितों दोबारा वापस ना आना पवे। वो कि सचखंड बसे निरंकार कर कर बेका, वो निरंकार की दरगाह होर है। ਤੁਸੀਂ ਜਿਹੜੇ ਐਵੇਂ ਨਹੀਂ ਹੈਗੇ ਸਾਹ ਜੀ, ਤੁਹਾਨੂੰ ਪਤਾ ਨਹੀਂ ਵੀ ਤੁਸੀਂ ਕੌਣ। ਮੈਂ ਸੱਚੀ ਹੋ ਕਹਿਣਾ, ਮੈਂ ਇਹ ਕਹਿਣਾ ਵੀ ਤੁਸੀਂ ਸੁਰਗਾਂ 'ਚ ਜਾਣ ਵਾਲੇ ਨਹੀਂ ਹੋ, ਦੇਵਤਿਆਂ ਦੇ ਨਹੀਂ ਹੋ ਤੁਸੀਂ ਚੇਲੇ। ਅਵਤਾਰ ਆਏ ਉਹ ਦੇਵਤੇ ਆਏ, ਵਿਸ਼ਨੂੰ ਜੀ ਆਏ। ਵਿਸ਼ਨੂੰ ਜੀ ਸ਼੍ਰੀ ਰਾਮ ਚੰਦਰ ਦੇ ਰੂਪ 'ਚ ਆਏ, ਵਿਸ਼ਨੂੰ ਜੀ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਰੂਪ 'ਚ ਆਏ। 24 ਅਵਤਾਰ 23 ਲੈ ਰਹੇ ਨੇ ਉਹਨਾਂ ਨੇ, 24ਵਾਂ ਬਾਕੀ ਰਹਿੰਦਾ ਹੈ ਕਲਕੀ ਅਵਤਾਰ। ਉਹ ਲਿਮਿਟ ਹੈ ਉਹਨਾਂ ਦੀ, ਉੱਥੇ ਤੱਕ ਜਿਹੜੀ ਦੁਨੀਆ ਉਹ ਸੁਤੰਤਰ ਨਹੀਂ ਹੈ, ਕਾਲ ਦੇ ਅਧੀਨ ਹੈ। ਹੁਣ ਜਿਹੜੇ ਸਾਧੂ ਨੇ, ਗੁਰੂ ਨੇ, ਗੁਰੂ ਦੇਵ ਦੇਵ ਲੋਕ ਦੇ ਵਾਸੀ ਨਹੀਂ। ਐਵੇਂ ਕਹਿੰਦੇ ਨੇ ਜੀ ਵਿਸ਼ਨੂੰ ਜੀ ਦਾ ਅਵਤਾਰ ਸੀ, ਉਹ ਪਤਾ ਨਹੀਂ ਹੈ ਉਹਨਾਂ ਨੂੰ। ਜਿਹੜੇ ਗੁਰੂ ਨੇ ਇਹ ਅਕਾਲ ਪੁਰਖ ਦੇ ਮੰਡਲ ਦੇ ਵਿੱਚੋਂ ਅਕਾਲ ਦਾ ਰੂਪ ਹੋ ਕੇ ਇੱਥੇ ਪ੍ਰਗਟ ਹੋਏ ਹੋਏ ਨੇ, ਗ੍ਰੇਟੈਸਟ ਚੀਜ਼ ਹੈ, ਸਭ ਤੋਂ ਜ਼ਿਆਦਾ ਵੱਡੀ। ਅਸੀਂ ਸਰੀਰ ਛੱਡ ਕੇ ਸਵਰਗ ਵਿੱਚ ਨਹੀਂ ਜਾਣਾ, ਨਰਕ ਤਾਂ ਨੇੜੇ ਆਉਂਦਾ ਹੀ ਨਹੀਂ ਜਿਹੜਾ ਗੁਰਸਿੱਖੀ ਦੇ ਚਲਨ 'ਤੇ ਚੱਲਦਾ। ਉਹ ਤਾਂ ਖਿਆਲ ਦਿਮਾਗ 'ਚੋਂ ਕੱਢ ਦਿਉ ਵੀ ਇਹ ਗੱਲਾਂ ਮਨਮੁੱਖਾਂ ਵਾਸਤੇ ਨੇ, ਕਿਉਂਕਿ ਹੁਕਮ ਹੈ ਧਰਮ ਰਾਏ ਨੂੰ, ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ ਹੈ ਤੇਰੀ ਸਰਕਾਰ, ਵੀ ਤੇਰੇ ਕੋਲ ਸਿਰਫ ਨਗੁਰੇ ਆਉਣਗੇ, ਮਨਮੁੱਖ ਆਉਣਗੇ। ਮਨਮੁੱਖ ਆਵੇ, ਮਨਮੁੱਖ ਜਾਵੇ, ਮਨਮੁੱਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁੱਖ ਭੋਗੈ, ਗੁਰਮੁਖ ਲੇਖ ਨਾ ਮਤ। ਹੁਣ ਜੇ ਤੁਸੀਂ ਗੁਰੂ ਦਾ ਲੜ ਫੜਿਆ, ਪ੍ਰੋਵਾਈਡਡ ਤੁਸੀਂ ਗੁਰੂ ਦਾ ਹੁਕਮ ਨਾ ਵਿਸਾਰੋ। ਇਹ ਨਾ ਹੋਵੇ ਬਈ ਹੁਕਮ ਦੇ ਉਲਟ ਗੱਲ ਕਰ ਲਈ। ਗੁਰੂ ਕਹਿੰਦਾ ਦੇਖ ਭਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ, ਪਰ ਤਰਿਆ ਰੂਪ ਨਾ ਪੇਖਾ ਨੇਤਰ, ਕਰ ਨਾ ਸੁਣੇ ਕਾਹੂ ਕੀ ਨਿੰਦਾ। ਫਿਰ ਇੱਕ ਰਾਇਤ ਮਹਾਰਾਜ ਦੱਸਦੇ ਆ ਬਹੁਤ ਵੱਡੀ, ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਭਲੋਸਾ ਹੋਏ, ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਤੁਸੀਂ ਕੋਡ ਆਫ ਕੰਡਕਟ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਨਾ, ਉਹਨੂੰ ਮੰਨੋ। ਜੇ ਤੁਸੀਂ ਕਹੋ ਵੀ ਕੋਡ ਆਫ ਕੰਡਕਟ ਸਾਡੇ 'ਚ ਬੇਅੰਤ ਆ, ਉਹ ਮਨੁੱਖਾਂ ਨੇ ਬਣਾਏ ਹੋਏ ਨੇ, ਗੁਰੂ ਦੇ ਬਣਾਏ ਹੋਏ ਨਹੀਂ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਮੈਂ ਤਾਂ ਕਿਸੇ ਨੂੰ ਹੋਰ ਮੰਨਦਾ ਨਹੀਂ, ਕਿਸੇ ਨੂੰ ਨਹੀਂ ਮੰਨਦਾ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ। ਇਹਦੇ 1430 ਪੰਨੇ ਦਾ ਜਿਹੜਾ ਕੋਡ ਹੈ, ਕੋਡ ਆਫ ਕੰਡਕਟ, ਉਸ ਨੂੰ ਮੰਨਦਾ, ਬਾਕੀਆਂ ਨੂੰ ਨਹੀਂ ਮੰਨਦਾ। ਬਾਕੀ ਭਾਈਚਾਰਕ ਜ਼ਿੰਦਗੀ ਹੈ, ਉਹ ਸਾਡੇ ਕੁਛ ਰੂਲ ਨੇ ਥੋੜ੍ਹੇ ਬਹੁਤੇ, ਜਿੱਥੇ ਤੱਕ ਸਾਨੂੰ ਸਾਡੀ ਆਜ਼ਾਦੀ ਦੇ ਵਿੱਚ ਬੰਧਨ ਨਹੀਂ ਨਾ ਪਾਉਂਦੇ, ਨਾਮ ਦੇ ਵਿੱਚ ਬੰਧਨ ਨਹੀਂ ਪਾਉਂਦੇ, ਉਹਨਾਂ ਅਸੀਂ ਅਵੇ ਕਰਾਂਗੇ। ਜਿੱਥੋਂ ਪਰਸਨਲ ਆਜ਼ਾਦੀ ਸਾਡੀ ਖੋਹ ਲੈਣ, ਬਜਾਇ ਨਹੀਂ ਕਰਨਾ ਐਂ ਕਰਨਾ, ਉੱਥੇ ਅਸੀਂ ਬਾਕੀ ਹਾਂ ਉਹਨਾਂ ਗੱਲਾਂ 'ਤੇ। ਗੁਰੂ ਦਾ ਸਾਥ ਨਹੀਂ ਅਸੀਂ ਛੱਡ ਸਕਦੇ। ਸੋ ਗੁਰੂ ਇਹ ਕਹਿੰਦਾ ਵੀ ਬੁਰਾ ਮੈਂ ਸਾਰਿਆਂ ਦੇ, ਕਬੀਰ ਸਭ 'ਤੇ ਹਮ, ਹਮ ਨਹੀਂ ਚੰਗੇ ਪਰ ਬੁਰਾ ਨਹੀਂ ਕੋਈ। ਇਹਦੇ ਕਹਿਣ ਨਾਲ ਕੀ ਹੈ, ਅਸੀਂ ਇੱਕ ਨਿੰਦਿਆ ਦੇ ਰੋਗ ਤੋਂ ਬਚ ਗਏ। ਨਿੰਦਿਆ ਕੀ ਹੈ, ਮਹਾਰਾਜ ਕਹਿੰਦੇ ਨਿੰਦਿਆ ਐਸੀ ਬੁਰੀ ਚੀਜ਼ ਹੈ, ਤੁਸੀਂ ਖੂਹ ਲਵਾ ਲਏ, ਹਸਪਤਾਲ ਬਣਾ ਤੇ, ਬੜੀਆਂ ਸਰਾਇਆਂ ਬਣਾ ਤੀਆਂ, ਗੁਰਦੁਆਰੇ ਬਣਾ ਤੇ, ਸੋਨੇ ਲਵਾ ਤੇ, ਸਭ ਕੁਛ ਕਰ, ਤੁਹਾਡਾ ਤੁਹਾਡੀ ਰਕਮ ਬਣ ਗਈ 1 ਅਰਬ ਰੁਪਈਆ ਪੁੰਨਾਂ ਦੀ। ਹੁਣ ਇਹਨੂੰ ਜੇ 0 ਨਾਲ ਜਨਮ ਦੇ ਦਿਉ, ਸਾਰੇ ਪੜ੍ਹੇ ਲਿਖੇ ਜਾਣਦੇ ਆ ਵੀ ਰਿਜ਼ਲਟ ਕੀ ਹੋਏਗਾ, ਇਜ਼ ਇਕੁਅਲ ਟੂ 0। ਉਹ ਕਿੱਧਰ ਗਿਆ 1 ਅਰਬ ਰੁਪਈਆ ਜਿਹੜਾ ਪੱਲੇ ਸੀ? ਉਹ ਕਹਿੰਦੇ 0 ਨਾਲ ਜਨਮ ਦੇ ਬੈਠੇ ਉਹ 0 ਬਣ ਗਿਆ। ਹੁਣ ਮਹਾਰਾਜ ਕਹਿੰਦੇ ਸਾਰੀਆਂ ਨੇਕੀਆਂ, ਸਾਰੀਆਂ ਚੰਗਿਆਈਆਂ ਸਭ ਕੁਛ ਕਰਕੇ ਤੁਸੀਂ ਨਿੰਦਿਆ ਦੇ ਨਾਲ ਮਲਟੀਪਲਾਈ ਕਰ ਦਿਉ। ਕਰੇ ਨਿੰਦ ਸਭ ਬਿਰਥਾ ਗਏ, ਟੋਟਲ ਜਿੰਨਾ ਵੀ ਕਰਿਆ ਉਹ ਸਾਰਾ ਬਿਰਥਾ ਹੋ ਜਾਂਦਾ। ਹੁਣ ਇਹ ਤਾਂ ਬੜੀ ਧਿਆਨ ਦੀ ਬਾਤ ਹੈ ਵੀ ਮਸਾਂ ਮਿਹਨਤ ਦੇ ਨਾਲ ਅਸੀਂ ਨਿਤਨੇਮ ਕਰੇ ਨੇ, ਸਤਸੰਗ ਗਏ ਹਾਂ,
ਜੇ ਇੰਨੀ ਕੁ ਗੱਲ ਤੋਂ ਬਿਰਥਾ ਜਾਂਦੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨੂੰ ਅਸੀਂ ਕਿਉਂ ਨਾ ਮੰਨੀਏ। ਸੋ ਇਸ ਕਰਕੇ ਜੋ ਗੁਰੂ ਨਾਨਕ ਪਾਤਸ਼ਾਹ ਦੀ ਤਾਲੀਮ ਹੈ ਉਹਦੇ 'ਚ ਉਹ ਕਹਿੰਦੇ ਵੀ ਨਾਮ ਦੇ ਬਗੈਰ ਸੁੱਖ ਨਹੀਂ ਮਿਲਦਾ ਕਦੇ ਵੀ, ਕੁਛ ਕਰ ਲਓ। ਵੱਡੇ ਤੋਂ ਵੱਡਾ ਇੰਦਰ ਕੀ ਹੈ, ਸਵਰਗ ਲੋਕ ਕੀ ਹੈ, ਸਾਡਾ ਵਾਸਾ ਸਵਰਗ 'ਚ ਨਹੀਂ ਹੈ, ਅਸੀਂ ਕਿੱਥੇ ਜਾਣਾ ਹੈ। ਮਹਾਰਾਜ ਨੇ ਇੱਕ ਲਾਈਨ ਖਿੱਚਦੀ ਜਿਵੇਂ ਹਾਈਵੇ ਹੁੰਦੀ ਹੈ, ਉਹਦੇ 'ਤੇ ਡਾਇਰੈਕਸ਼ਨਾਂ ਲਿਖੀਆਂ ਹੁੰਦੀਆਂ ਨੇ। ਅਸੀਂ ਅਮਰੀਕਾ ਜਿੱਦਾਂ ਗਏ ਨਾ, ਪਤਾ ਤਾਂ ਹੈ ਨਹੀਂ ਸੀ ਵੀ ਕਿੱਥੇ ਜਾਣਾ ਹੈ। ਉਹਨਾਂ ਨੂੰ ਕਹਿਣਾ ਸਾਨੂੰ ਡਾਇਰੈਕਸ਼ਨਾਂ ਲਿਖਾਓ, ਉਹ ਲਿਖਦੇ ਸੀ ਵੀ ਤੁਹਾਨੂੰ ਪਹਿਲਾਂ ਆਊਗਾ, ਫਿਰ ਆਊਗਾ, ਫਿਰ ਆਊਗਾ, ਫਿਰ ਤੁਸੀਂ ਪਹੁੰਚੋ। ਮੈਂ ਹੈਰਾਨ ਹੁੰਦਾ ਵੀ ਇੰਨੇ ਭੀੜ ਭੜੱਕੇ 'ਚ ਅਸੀਂ ਉਸੇ ਘਰ 'ਚ ਚਲੇ ਜਾਂਦੇ ਹਾਂ ਜਿਹੜਾ ਸਾਨੂੰ ਜਿੱਥੇ ਅਸੀਂ ਜਾਣਾ ਹੁੰਦਾ। ਉਹ ਕਿਉਂ ਜਾਂਦੇ ਹਾਂ? ਕਿਉਂਕਿ ਡਾਇਰੈਕਸ਼ਨ ਤੋਂ। ਹੁਣ ਅਸੀਂ ਜਾਣਾ ਸੱਚਖੰਡ 'ਚ, ਸਾਨੂੰ ਡਾਇਰੈਕਸ਼ਨਾਂ ਲਿਖੀਆਂ ਨੇ ਵੀ ਇਹ ਡਾਇਰੈਕਸ਼ਨਾਂ ਦੇ ਉੱਤੇ ਚੱਲੋ, ਸੱਚਖੰਡ 'ਚ ਆ ਜਾਓਗੇ। ਪਹਿਲੀ ਕੀ ਹੈ? ਕਹਿੰਦੇ ਅੰਤਰ ਗੋਰੇ ਆਰਾਧਨਾ, ਹਰ ਵਕਤ ਵਾਹਿਗੁਰੂ ਦੀ ਆਰਾਧਨਾ ਕਰ। ਜੇ ਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਚਾਰ ਹੋ ਗਈਆਂ ਨਾ। ਹੁਣ ਪੰਜਵੀਂ ਜਿਹੜੀ ਉਹ ਬੜੀ ਪਾਵਰਫੁੱਲ ਹੈ, ਸਤਿਗੁਰ ਸੇਤੀ ਰਤਿਆ। ਰਤਾ ਉਹ ਹੁੰਦਾ ਰਤੇ ਸਹੀ ਜੇ ਮੁੱਖ ਨਾ ਮੁੜਨ। ਰਤੇ ਦੇ ਬਾਰੇ ਐਸਾ ਫਰਮਾਨ ਹੈ, ਚੰਦ ਚਕੋਰ ਪਰਿਤੈ ਉਹ ਪਰਿਤੈ ਪ੍ਰੀਤ।